Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਹਾਂਜੀ ਸਰ, ਤੁਹਾਡੇ ਮਿਠਾਈ ਦਾ ਆਰਡਰ ਹੈ। ਹੈਲੋ ਸਰ। ਹਾਂਜੀ ਪੂਰੇ ਨੇ? ਹਾਂਜੀ, ਥੈਂਕ ਯੂ। ਘਰੋਂ ਤਾਂ ਬੜੀ ਆਕੜ ਨਾਲ ਨਿਕਲਿਆ ਸੀ ਤੇ ਇੱਥੇ ਆਹ ਕੰਮ ਕਰਦਾ। ਡਟਿਆ ਰਹਿ, ਸ਼ਾਇਦ ਗ੍ਰਾਹਕਾਂ ਦੀ ਟਿੱਪ ਨਾਲ ਤੇਰੀ ਦਿਹਾੜੀ ਬਣ ਜਾ ਕਰੇ। ਤੁਹਾਡੇ ਪਾਪਾ ਜੀ ਉੱਤੇ ਜੀ ਮੈਨੂੰ ਮਾਫ ਕਰ ਦਿਓ। ਦਰਅਸਲ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਦੱਸਣਾ ਸੀ ਸਭ ਕੁਝ। ਰਣਵੀਰ ਨੇ ਮਨਾ ਕਰ ਦਿੱਤਾ, ਉਹਨੇ ਮੈਨੂੰ ਸੌਂ ਖਵਾਈ ਸੀ। ਉਦਾਂ ਮੈਨੂੰ ਇੱਕ ਗੱਲ ਤੇ ਬੁਰੀ ਲੱਗੀ ਕਿ ਉਹ ਘਰ ਛੱਡ ਕੇ ਚਲਾ ਗਿਆ, ਪਰ ਇਸ ਗੱਲ ਦੀ ਤਸੱਲੀ ਹੈ ਕਿ ਉਹ ਤੇਰੇ ਕੋਲ ਰਹਿ ਰਿਹਾ। ਮੈਨੂੰ ਉਹਦਾ ਕੋਈ ਫਿਕਰ ਨਹੀਂ ਹੈ ਉਹਨਾਂ ਦੀ, ਪਰ ਬਸ ਤੂੰ ਉਹਨਾਂ ਦਾ ਖਿਆਲ ਰੱਖੇ, ਜਿੱਦਾਂ ਹੀ ਉਹਨਾਂ ਦਾ ਗੁੱਸਾ ਠੰਡਾ ਹੋ ਜੇ ਉਹਨਾਂ ਨੂੰ ਘਰ ਭੇਜ ਦੇ। ਬਾਊ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗੀ, ਪਰ ਤੁਸੀਂ ਰਣਵੀਰ ਨੂੰ ਮੈਥੋਂ ਵੱਧ ਜਾਣਦੇ ਹੋ ਤੇ ਤੁਸੀਂ ਰਣਵੀਰ ਦੇ ਗੁੱਸੇ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਉਹਦਾ ਗੁੱਸਾ ਇੰਨੀ ਛੇਤੀ ਠੰਡਾ ਹੋਣ ਵਾਲਾ ਨਹੀਂ ਹੈ। ਬਾਊ ਜੀ ਮੈਂ ਤੁਹਾਨੂੰ ਝੂਠਾ ਦਿਲਾਸਾ ਨਹੀਂ ਦੇਣਾ, ਪਰ ਮੈਨੂੰ ਲੱਗਦਾ ਹੈ ਇਹ ਕੰਮ ਤੁਸੀਂ ਮੇਰੇ ਤੋਂ ਵਧੀਆ ਕਰ ਸਕਦੇ ਹੋ। ਚੱਲ ਚੰਗਾ ਸਰੋਜ, ਮੈਂ ਫੋਨ ਰੱਖਦਾ। ਹਾਂਜੀ ਬਾਊ ਜੀ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।